सौरठ महला कर इश्नान सिमर प्रभ अपना मन तन बह अरुगा कोट बिगन लाथे प्रभ शरण ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਬਗਤ ਬਛਲ ਦਇਆਲਾ ਸੰਤਾਂ ਕੀ ਬੈਜ ਰਖਦਾ ਆਇਆ ਆਦ ਮਿਰਜ ਪ੍ਰਤਪਾਲ ਹਰਿ ਅੰਮ੍ਰਿਤ ਨਾਮ ਭੋਜਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਢਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੰਭ ਸ਼ਕਕਾਰ ਜੋ ਗੁਰੂ ਸਿਵਾਰੀ ਸਾਜ ਸੰਗਤ ਨੂੰ ਗੁਰਬਾਣੀ ਦੀ ਵਿਚਾਰ ਕਰਕੇ ਇਸ ਜੀਵਨ ਨੂੰ ਸਫਲ ਕਰਨ ਦਾ ਸੌਖਾ ਤੇ ਸਰਲ ਜਿਹਾ ਤਰੀਕਾ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਕਿਉਂਕਿ ਜਦੋਂ ਅਸੀਂ ਅਧਿਆਨ ਕਰਦੇ ਹਾਂ ਸਮੇਂ ਦਾ ਇਕ ਪਾਸੇ ਜੋਗੀਆਂ ਦਾ ਸਮਾ ਹੈ ਉਸੇ ਵੇਲੇ ਜਗਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸ ਮਾਤ ਲੋਕ ਵਿੱਚ ਪ੍ਰਕਾਸ਼ਮਾਨ ਹੁੰਦੇ ਹਨ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ nde ਜਗ ਚਾਨਣ ਹੋਇਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋ ਸਿੰਘ ਭੁਕੇ ਮਿਰਗਾਵਲੀ ਪੰਨੀ ਜਾਏ ਨ ਧੀਰ ਤਰੋ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸਚਾ ਟੋਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋ ਗੁਰਮੁਖ ਕਲ ਵਿੱਚ ਪ੍ਰਗਟ ਹੋ ਸ਼ਬਦ ਪੜੇ ਜਾਂਦੇ ਹਨ ਸ਼ਬਦ ਯਾਦ ਵੀ ਕਰ ਲਈ ਪਰ ਉਹਨਾਂ ਦੇ ਪਿੱਛੇ ਜੋ ਪਛੋਕੜ ਹੈ ਉਹਨੂੰ ਸਮਝਣ ਵਾਸਤੇ ਸਾਨੂੰ ਉਸ ਸਮੇਂ ਦੀ ਸਥਿਤੀ ਨੂੰ ਸਮਝਣਾ ਪਵੇ ਇੱਕ ਪਾਸੇ ਇਸਲਾਮ ਮਤ ਦਾ ਜ਼ੋਰ ਸੀ ਉਹਨਾਂ ਦੀ ਹਕੂਮਤ ਸੀ ਇੱਕ ਪਾਸੇ ਜੋਗੀਆਂ ਦਾ ਜ਼ੋਰ ਸੀ ਸਾਰੇ ਆਪਣੇ ਆਪਣੇ ਵਿਚਾਰਾਂ ਨੂੰ ਸਹੀ ਤੇ ਠੀਕ ਕਰਦੇ ਪਰ ਜੋ ਕੁਝ ਬਾਬਾ ਨਾਨਕ ਜੀ ਨੇ ਵੇਖਿਆ ਉਹ ਫਰਮਾਉਂਦੇ ਨੇ ਕਾਦੀ ਕੂੜ ਬੋਲ ਮਲਖਾਏ ਬ੍ਰਾਹਮਣ ਨਾ ਵੈ ਜੀਆਂ ਕਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸਮਾਂ ਬੜਾ ਸੰਖੇਪ ਹੁੰਦਾ ਹੈ ਹਰ ਗੱਲ ਖੋਲਣ ਦੀ ਸਮੇਂ ਦੀ ਮਤਾਜੀ ਤੇ ਹੈ ਕਿਉਂਕਿ ਇਸਲਾਮ ਧਰਮ ਦਾ ਬੋਲਬਾਲਾ ਸੀ ਉਹਨਾਂ ਦੀ ਹਕੂਮਤ ਰਾਜੇ ਅਤੇ ਧਰਮ ਦੇ ਆਗੂ ਕਾਜ਼ੀ ਰਲੇ ਹੋਏ ਸਨ ਜੋ ਕੁਝ ਕਾਜ਼ੀ ਕਹਿੰਦੇ ਉਹ ਰਾਜੇ ਮੰਨਦੇ ਸਨ ਜੇ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਇਆ। ਬ੍ਰਾਹਮਣ ਜਿਹੜੇ ਸਨ ਉਹ ਆਪਣੀ ਕਰਮ ਕਾਂਡਾਂ ਵਿੱਚ ਫਸੇ ਹੋਏ ਸਨ। ਜਿਹੜੇ ਜੋਗੀ ਸਨ ਉਹਨਾਂ ਨੂੰ ਤੇ ਮਹਾਰਾਜ ਨੇ ਬਿਲਕੁਲ ਹੀ ਕੰਡਮ ਕੀਤਾ। ਆਖਿਆ ਉਹਨਾਂ ਨੂੰ ਤੇ ਜੀਵਨ ਦੀ ਜੁਗਤ ਦਾ ਪਤਾ ਹੀ ਨਹੀਂ ਸੀ। ਉਹ ਤੇ ਇੱਕੋ ਗੱਲ ਤੇ ਜੋਰ ਦੇਈ ਜਾਂਦੇ ਸਨ। ਵੇ ਘਰ ਛੱਡੋ ਜੰਗਲ ਵਿੱਚ ਜਾਓ ਸਿਰ ਵਿੱਚ ਸੁਆਹ ਪਾਓ ਸੋਹਣੇ ਕੇਸਾਂ ਦੀਆਂ ਜਟਾਵਾਂ ਬਣਾਓ ਫਿਰ ਤੁਹਾਡੀ ਮੁਕਤੀ ਹੋਵੇ ਇਸ ਉਸ ਵੇਲੇ ਦੀ ਤਸਵੀਰ ਪਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਇਹ ਹੁਣ ਜਦ ਤੱਕ ਅਸੀਂ ਬਾਣੀ ਨੂੰ ਵਿਚਾਰੀਏ ਨਾ ਪਤਾ ਨਹੀਂ ਲੱਗਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ بلند ਆਵਾਜ਼ ਵਿੱਚ ਕਿਹਾ हे ਦੁਨੀਆਂ ਦੇ ਲੋਕੋ ਇਕ ਤਾਂ ਇਹ ਗੱਲ ਮੰਨੇ ਬੰਨੋ ਕਿ ਪਰਮਾਤਮਾ ਇਕ ਹੈ ਤੇ ਪਰਮਾਤਮਾ ਜੋਤ ਰੂਪ ਹੈ ਤੇ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਦੂਜੀ ਇਹ ਜਿਹੜਾ ਜੋਗੀਆਂ ਨੇ ਲੋਕਾਂ ਨੂੰ ਗਲਤ ਰਸਤੇ ਪਾਇਆ ਯਾ ਨਾਲ ਸਮਝੋ ਜੋਗ ਨਾ ਭਗਵੀਂ ਕਪੜੀ ਜੋਗ ਨਾ ਮਹਲੇ ਵੇਸ ਨਾਨਕ ਘਰ ਬੈਠਿਆ ਜੋਗ ਭਈਏ ਸਤਗੁਰ ਗਏ ਉਪਦੇਸ਼ ਜੋਗ ਦਾ ਮਤਲਬ ਹੈ ਜੁੜਨਾ ਜੋਗੀ ਦਾ ਮਤਲਬ ਹੈ ਜੁੜਿਆ ਹੋਇਆ ਜੋ ਨਾ ਸਭੰਦ ਨਾ ਭਗਵੇਂ ਕੱਪੜਿਆਂ ਨਾਲ ਨਾ ਮੈਲੇ ਵੇਸ ਨਾਲ ਨਾ ਕੰਨਾਂ ਵਿੱਚ ਹੁੰਦਰਾ ਪਾਉਣ ਨਾਲ ਐ ਤੇ ਨਾ ਹੋਰ ਕਿਸੇ ਤਰ੍ਹਾਂ ਦੇ ਦਿਖਾਵੇ ਨਾਲ ਜੋਗ ਨਾ ਭਗਮੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਗੁਰ ਕੈ ਉਪਦੇਸ਼ ਕਿੰਨੇ ਸ਼ਬਦ ਨੇ ਜੋ ਸਾਰਿਆਂ ਦਾ ਸੰਗ੍ਰਹਿ ਕਰਕੇ ਤੁਹਾਨੂੰ ਸੁਣਾਈਏ ਤੁਸੀਂ ਹੈਰਾਨ ਹੋ ਜਾਓ ਆਖਿਆ ਜੋਗ ਨ ਖਿੰθα ਜੋਗ ਨ ਝੰਡੇ ਜੋਗ ਨ ਬਸਮ ਚੜਾਈਐ ਜੋਗ ਨ ਮੁੰਦੀ ਮੂੰਡ ਬੁੰਡਾਇਐ ਜੋਗ ਨ ਸਿੰਨੀ ਵਾਈਐ ਅੰਜਨਮਾਏ ਨਰੰਜਨ ਰਈਐ ਜੋਗ ਜੁਗਤ ਇਵ ਪਾਈਐ ਗੱਲਨੀ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਈਐ ਸੋਈ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਏ ਅਖਾ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਾਲ ਨਹੀਂ ਜੁੜਿਆ ਗੁਰੂ ਪਾਤਸ਼ਾਹ ਨੇ ਬੜਾ ਸਰਲ ਤਰੀਕਾ ਦੱਸਿਆ ਆਖਿਆ ਆਪਣੇ ਘਰ ਵਿੱਚ ਰਹਿ ਕੇ ਧਰਮ ਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਬਾਣੀ ਦੇ ਬੋਹਿਤ ਕਹਿਆ ਜਾਂਦਾ ਜਿਨ੍ਹਾਂ ਨੂੰ ਨਾਨਾ ਗੁਰੂ ਗੁਰੂ ਅਮਰਦਾਸ ਜੀ ਨੇ ਇਹ ਬਚਨ ਕਹਿ ਸ ਦੋਹਤਾ ਬਾਣੀ ਕਾ ਬੋਹਿਤ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਸਾਰੀ ਬਾਣੀ ਦਾ ਸੰਗ੍ਰਹਿ ਕੀਤਾ ਭਾਵੇਂ ਬਾਣੀ ਤੇ ਸਾਰੀ ਗੁਰੂ ਨਾਨਕ ਪਾਤਸ਼ਾਹ ਆਪ ਭਗਤਾਂ ਕੋਲ ਜਾ ਕੇ ਲਿਆਏ ਸਨ ਕਿ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪੀ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਕੋਲ ਲਾਇਆ ਇਲ ਫਿਰ ਗੁਰੂ ਅਰਜੁਨ ਦੇਵ ਜੀ ਕੋਲ ਜਦੋਂ ਇਹ ਖਜ਼ਾਨਾ ਆਇਆ ਤੇ ਉਹਨਾਂ ਨੇ ਫਿਰ ਇਸ ਨੂੰ ਤਰਤੀਬ ਦਿੱਤੀ ਤੇ ਨਾਲ ਹੀ ਇਹ ਕਿਹਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਹਲ ਭਰੇ ਭੰਡਾਰਿਆ ਖੋਟਿਆ ਤੋਲ ਤੋਂ ਉਹਨਾਂ ਨੇ ਇਹ ਨਿਚੋੜ ਕੱਢ ਕੇ ਸਾਡੇ ਲਈ ਜੀਵਨ ਜਾਚ ਬਖਸ਼ੀ ਇਸ ਪਾਵਨ ਸ਼ਬਦ ਵਿੱਚ ਫਰਮਾਉਂਦੇ ਨੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਪ੍ਰਭ ਬਾਣੀ ਇਹ ਜਿਹੜੀ ਬਾਣੀ ਹੈ ਇਸ ਨੂੰ ਖਸ਼ਮ ਕੀ ਬਾਣੀ ਵੀ ਕਹੇ ਇਹਨੂੰ ਧੁਰ ਕੀ ਬਾਣੀ ਵੀ ਕਹੇ ਇਹਨੂੰ ਪ੍ਰਭ ਬਾਣੀ ਵੀ ਕਹੇ ਵਾ ਵਾ ਬਾਣੀ ਨਰੰਕਾਰ ਹੈ ਸੁਪਾਕਿਆ ਦਾ ਮਤਲਬ ਹੈ ਬੜੀ ਸ੍ਰੇਸ਼ਟ ਬੋਲੀ ਵਿੱਚ। ਖਿਮਾ ਕਰਨਾ ਅਸੀਂ ਕਿਸੇ ਨਾਲ ਕੰਪੇਅਰ ਨਹੀਂ ਕਰਦੇ। ਪਰ ਦੇਖਿਆ ਜਾਏ ਚਾਰ ਭੇਦ 27 ਸਿਮਰਤियां 18 ਪੁਰਾਨ ਖਟ ਸ਼ਾਸਤਰ 9 ਉਪਨਿਸ਼ਦ ਉਹ ਕਿੰਨੇ ਕ ਲੋਕਾਂ ਨੂੰ ਪੜ੍ਹਨੇ ਆਉਂਦੇ ਨੇ। ਕਿਉਂਕਿ ਉਹ ਸਾਰੇ ਗ੍ਰੰਥ ਸੰਸਕ੍ਰਿਤ ਵਿਗਿਆ ਤੇ ਸੰਸਕ੍ਰਿਤ ਤੇ ਪੜ੍ਹਨੀ ਬੜੀ ਔਖੀ ਨਾਲੇ ਬ੍ਰਾਹਮਣਾ ਨੇ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਉਹ ਤਾਂ ਆਪਣੇ ਤੋਂ ਬਿਨਾ ਹੋਰ ਕਿਸੇ ਨੂੰ ਪੜ੍ਹ ਨਹੀਂ ਜੰਨ ਇਹ ਜਿਹੜੀ ਬਾਣੀ ਹੈ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਇਹ ਬਾਣੀ ਮੀਂਹ ਦਾ ਪਾਣੀ ਹੈ ਤੇ ਉਹਨਾਂ ਧਰਮ ਗ੍ਰੰਥਾਂ ਦਾ ਗਿਆਨ ਜਿਹੜਾ ਉਹ ਖੂਹ ਦਾ ਪਾਣੀ ਹੈ ਹੁਣ ਖੂਹ ਦਾ ਪਾਣੀ ਤੇ ਉਹਦੇ ਖੇਤਾਂ ਨੂੰ ਮਿਲੇਗਾ ਜਿਹਦੇ ਖੇਤ ਵਿੱਚ ਖੂਹ ਹੋਵੇਗਾ ਜਿੰਨੂੰ ਉਹ ਗ੍ਰੰਥ ਉਹ ਸੰਸਕ੍ਰਿਤ ਪੜਨੀ ਆਵੇਗੀ ਉਹੀ ਗਿਆਨ ਲਵੇਗਾ ਪਰ ਜਦੋਂ ਮੀਂਹ ਵਸਦਾ ਹੈ ਇਹ ਸਾਰੇ ਉੱਚੇ ਨੀਵੇਂ ਗਰੀਬ ਅਮੀਰ ਪੜੇ ਅਨਪੜੇ ਗਿਆਨੀ ਅਗਿਆਨੀ ਸਾਰਿਆਂ ਤੇ ਵਸਦਾ ਹੈ ਤੁਹੀ ਜਿਹੜੀ ਪਰਮੇਸ਼ਵਰ ਦੀ ਸਿਫਤ ਸਲਾਹ ਦੀ ਬਾਣੀ ਹੈ ਇਹ ਬੜੀ ਸ਼ੁਭ ਬੋਲੀ ਵਿੱਚ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਪਰ ਇਸ ਬਾਣੀ ਤੋਂ ਮਿ ਤਾਈ ਲਾਭ ਮਿਲੇਗਾ ਨਾ ਸਿਰ ਮੱਥਾ ਟੇਕਣ ਨਾਲ ਸਿਰ ਰਮਾਲੇ ਚੜਾਉਣ ਨਾਲ ਸਿਰ ਸਵੇਰੇ ਉੱਠ ਕੇ ਫੁੱਲਾਂ ਦੀ बरखा करना आदर करना कोई माड़ी गल नहीं रमाले भी सोने स्थान ने साफ सुथरा चाहिए पर निरा मथा टेकन बात नहीं बन आख्या प्रभ बा शब्द सुपाखे आ गावो सुनो पढ़ो नित भाई, कोई अखरी अर्थ औखे नहीं है ਬਾਣੀ ਦਾ ਕੀਰਤਨ ਵੀ ਕਰੋ ਬਾਣੀ ਦਾ ਕੀਰਤਨ ਸੁਣੋ ਵੀ ਤੇ ਬਾਣੀ ਨੂੰ ਆਪ ਵੀ ਪੜੋ ਫਿਰ ਤੁਸੀਂ ਗੁਰੂ ਆਸ਼ੇ ਨਾਲ ਜੁੜ ਜਾਓਗੇ ਫਿਰ ਤੁਹਾਨੂੰ ਗੁਰੂ ਦੇ ਗਿਆਨ ਦੀ ਸਮਝ ਪੈ ਜਾਏਗੀ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਪ੍ਰਭ ਬਾਣੀ ਸ਼ਬਦ ਸੁਪਾਖੇ ਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਇਹ ਤੇ ਅਸੀਂ ਕਹਿ ਦਿੰਨੇ ਆ ਜੇ ਗੁਰੂ ਨੇ ਸਾਡੀ ਬਾਣੀ ਪੜ੍ਹੀ ਗੁਰੂ ਨੇ ਸਾਡੀ ਰਾਖੀ ਨਹੀਂ ਕੀਤੀ ਗੁਰੂ ਪਿਆਰਿਓ ਇਹ ਗੱਲ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਏਡ ਸੋਟਾ ਫੇਰੋ ਜੋ ਗੁਰੂ ਨੇ ਕਿਹਾ ਉਹ ਅਸੀਂ ਕੀਤਾ ਐਸੀ ਦਸ਼ਾ ਆ ਗਈ ਕਿ ਚੰਗੇ ਚੰਗੇ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਪੁੱਛੋ ਵੱਡਿਆਂ ਨੂੰ ਪੁੱਛੋ ਆਖੰਡ ਜੀ ਸਾਨੂੰ ਤੇ ਗੁਰਮੁਖੀ ਨਹੀਂ ਆਉਂਦੀ ਕਿਉਂ ਭਈ ਜੋ ਹੋਰ ਤੁਹਾਨੂੰ ਆਉਂਦਾ ਹੈ ਉਹ ਤੁਸੀਂ ਸਿੱਖਿਆ ਤੇ ਆਇਆ ਕਿ ਆਪੇ ਹੀ ਆ ਗਿਆ ਇਸ ਲਈ ਗੁਰਬਾਣੀ ਸਿੱਖਣ ਦਾ ਯਤਨ ਕਰੋ ਗੁਰਮੁਖੀ ਅੱਖਰ ਸਿੱਖਣ ਦਾ ਯਤਨ ਕਰੋ ਜੇ ਆਪਣੇ ਗੁਰੂ ਦਾ ਗਿਆਨ ਲੈਣਾ ਤੇ ਫਿਰ ਸਾਨੂੰ ਆ ਕੰਮ ਕਰਨਾ ਪਵੇ ਮਰਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਫਿਰ ਗੁਰੂ ਪੂਰਾ ਰੱਖੀ ਨਾ ਕਰੇ ਫਿਰ ਅਸੀਂ ਕਹਿ ਸਕਦੇ ਭਾਈ ਗੁਰੂ ਪੂਰੇ ਦਾ ਗਿਆਨ ਤੇ ਲਈਏ ਗੁਰੂ ਪੂਰਾ ਕਹਿੰਦਾ ਕੀ ਗੁਰੂ ਨੇ ਨਹੀਂ ਆਖਿਆ ਤੁਸੀਂ ਘਰ ਛੱਡੋ ਗੁਰੂ ਨੇ ਨਹੀਂ ਆਖਿਆ ਤੁਸੀਂ ਕਿਸਾਂ ਦੇ ਵਿੱਚ ਸਵਾਭ ਪਾਓ ਗੁਰੂ ਨੇ ਤੇ ਬੜਾ ਸੌਖਾ ਤਰੀਕਾ ਦੱਸਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਵੇਰੇ ਉੱਠੋ ਅਸ਼ਨਾਨ ਕਰੋ ਹੁਣ ਦੇਖੋ ਕਰ ਇੱਥੇ ਰਾਰੇ ਨੂੰ ਸਿਆਰੀ ਹੈ ਕਰਨਾ ਕਰ ਕਰ ਰਾਰੇ ਨੂੰ ਔਂਕੜ ਵੀ ਆਏਗਾ ਕਰ ਰਾਰਾ ਮੁਕਤਾ ਵੀ ਆਏਗਾ ਜੇ ਕਰਦੇ ਰਾਰੇ ਨੂੰ ਔਂਕੜ ਹੋਵੇ ਤੇ ਇੱਕ ਹੱਥ ਦੀ ਗੱਲ ਹੈ ਜੇ ਔਂਕੜ ਹਟ ਜਾਏ ਤੇ ਦੋ ਹੱਥਾਂ ਦੀ ਗੱਲ ਐ ਤੇ ਜੇ ਕਰਦੇ ਰਾਰੇ ਨੂੰ ਸਿਹਰੀ ਲੱਗ ਜਾਏ ਤੇ ਕਰਨ ਦੀ ਗੱਲ ਐ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਿਮਰ ਦੇ ਰਾਰੇ ਨੂੰ ਸਿਹਰੀ ਇਸ਼ਨਾਨ ਕਰੋ ਪ੍ਰਭੂ ਦਾ ਸਿਮਨ ਕਰੋ ਹੁਣ ਕਈ ਇੱਥੇ ਅੜ ਜਾਂਦੇ ਨੇ ਕਿਹੜਾ ਨਾਮ ਜਪੀਏ ਉਹ ਭਾਈ ਗੁਰਬਾਣੀ ਵਿੱਚ ਤੇ ਸਾਰੇ ਨਾਮ ਉਤਮ ਨੇ ਪਰ ਸਾਨੂੰ ਪੰਜ ਪਿਆਰੇ ਅਮਰਿਤ ਛਕਉਣ ਵੇਲੇ ਗੁਰਮੰਤਰ ਧਿੰਦੇ ਹਨ ਕਹਿੰਦੇ ਹਨ ਵਾਹਿਗੁਰੂ ਗੁਰਮੰਤਰ ਹੈ ਜਪੋ ਮੈਂ ਖੁਈ ਕਰੇ ਸ਼ਨਾਨ ਸਿਮਰ ਪ੍ਰਭ ਆਪਣਾ ਫਿਰ ਅਸੀਂ ਪੁੱਛਦੇ ਹਾਂ ਜੀ ਕੀ ਹੋਵੇਗਾ ਮਨ ਤਨ ਭੈ ਅਰੋਗਾ ਕਰੋ ਤੇ ਸਹੀ ਕਰਨ ਵਾਲੇ ਨੂੰ ਤੇ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਕਿੰਨੇ ਇਸ਼ਨਾਨ ਕਰ ਰਹੇ ਹਨ ਉਹਨੂੰ ਨਹੀਂ ਪਤਾ ਲੱਗਾ ਵੀ ਮੇਰਾ ਆਲਸ ਦੂਰ ਹੋ ਗਿਆ ਮੇਰਾ ਦਲੇਦਰ ਦੂਰ ਹੋ ਗਿਆ ਮੇਰੀਆਂ ਅੱਖਾਂ ਖੁੱਲ ਗਈਆਂ ਤੇ ਜਿਸ ਨੇ ਘੜੀ ਦੋ ਘੜੀ ਜਿੰਨਾ ਸਮਾਂ ਮਿਲੇ ਵਾਗੁਰੂ 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 ਪਿਆਰ ਨਾਲ ਸਿਮਰਨ ਕੀਤਾ ਉਹਨੂੰ ਨਹੀਂ ਪਤਾ ਹਿਰਦੇ ਕਿੰਨੀ ਠੰਡ ਪਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਵਹਿ ਅਰੋਗਾ ਬੜੇ ਸਲਜ ਹੈ ਕਰਨੀ ਸਰੀਰ ਵੀ ਅਰੋਗ ਹੋ ਜਾਏਗਾ ਮਨ ਵਿੱਚੋਂ ਵਿਕਾਰ ਭੜੇ ਵਿਚਾਰ ਮੁੱਕ ਜਾਣ ਕੋਟ ਬਿਗਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ ਕਰੋਣਾ ਹੀ ਬਿਗਨ ਪ੍ਰਭੂ ਦੀ ਸ਼ਰਨ ਵਿੱਚ ਆਉਣ ਕਰਕੇ ਲੈ ਜਾਣ ਅੱਜ ਜਿਹੜੇ ਸਾਨੂੰ ਚੰਬੜੇ ਹੋਏ ਨੇ ਅੱਜ ਮੰਗਲਵਾਰ ਹੈ ਜੀ ਅੱਜ ਸਨੀਚਰ ਵਾਲਾ ਜੀ ਅੱਜ ਫਰਾਂ ਨੇ ਨਿਛ ਮਾਰ ਦਿੱਤੀ ਐ ਅੱਜ ਅਗੋਂ ਬਿੱਲੀ ਲੰਘ ਗਈ ਐ ਫਰਾਂ ਕਿਤਨੇ ਵੇ ਜਦੋਂ ਇੱਕ ਪ੍ਰਭੂ ਦੀ ਸ਼ਰਨ ਵਿੱਚ ਆ ਜਾਓਗੇ ਕਰੋੜਾਂ ਬਿਗਨ ਉਤਰ ਜਾਣਗੇ ਪ੍ਰਗਟੇ ਭਲੇ ਸੰਜੋਗਾ ਫਿਰ ਪ੍ਰਭੂ ਦੇ ਨਾਲ ਮਿਲਣ ਦੇ ਅਨੇਕਾਂ ਹੀ ਸੰਜੋਗ ਬਣਨਗੇ ਪ੍ਰਭ ਬਾਣੀ ਸ਼ਬਦ ਸੁਪਾਕੇ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਹੁਣ ਇੱਥੇ ਪੂਰੇ ਦੇਰਾਰੇ ਨੂੰ ਢੋਲਾਵਾਂ ਫਿਰ ਗੁਰੂ ਪੂਰਾ ਤੇਰੀ ਰਾਖੀ ਕਰੇਗਾ ਗੁਰੂ ਪੂਰਾ ਤੇਰੀ ਸਹਾਇਤਾ ਕਰੇਗਾ ਗੁਰੂ ਪੂਰਾ ਤੇਰੇ ਅੰਗ ਸੰਗ ਹੋਵੇਗਾ ਪੜੀ ਜਾਣੀ ਆ ਪੂਰੇ ਗੁਰ ਕਾ ਸੁਣਿ ਉਪਦੇਸ ਬਾਹਰ ਬ੍ਰਹਮਣ ਨਿਕਟ ਕਰਪੇਖ ਸਾਹ ਸਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦ ਆਸਿਆ ਨਿਤ ਤਿਆਗੋ ਤੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਫਿਰ ਪਾਤਸ਼ਾਹ ਦੂਜੇ ਪਾਸ ਵਿੱਚ ਕਹਿੰਦੇ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਆਲਾ ਉਹ ਪਰਮਾਤਮਾ ਜੋ ਸਦਾ ਸੱਚਾ ਹੈ ਜਿਨੂੰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸਿਬ ਸੱਚ ਉਹ ਸਾਹਿਬ ਬਹੁਤ ਵੱਡਾ ਸਦਾ ਸੱਚ ਰਹਿਣ ਵਾਲਾ ਅਮਿਤ ਵਡਾਈ ਉਹਦੀ ਜੋ ਵਸਰੂਗੀ ਹੈ ਉਹਦੀ ਜੋ ਵਡਿਆਈ ਹੈ ਉਹ ਅਮਿਤ ਹੈ ਮਿਣੀ ਨਹੀਂ ਜਾ ਸਕਦੀ ਭਗਤ ਬਚਲ ਦਇਆਲਾ ਭਗਤ ਦੇ ਤਤੇ ਨੂੰ ਸਿਆਰੀ ਹੈ ਭਗਤੀ ਨਾਲ ਪਿਆਰ ਕਰਨ ਤਤਾ ਜਿਹੜੇ ਉਸਤੀ ਭਗਤੀ ਕਰਦੇ ਨੇ ਉਹਨਾਂ ਨਾਲ ਬੜਾ ਪਿਆਰ ਕਰਦਾ ਤੇ ਦਿਆਲਾ ਦਇਆ ਦਾ ਕਰ ਸੰਤਾਂ ਕੀ ਪੈਜ ਰੱਖਦਾ ਆਇਆ ਆਜ ਬਿਰਧ ਪ੍ਰਤ ਪਾਲਾਂ ਆਪਣੇ ਸੇਵਕਾਂ ਦੀ ਪੈਜ ਰੱਖਦਾ ਆਇਆ ਅੱਜ ਤੋਂ ਨਹੀਂ ਭਗਤਾਂ ਦੀ ਸਦਾਤ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰੇਲਾ ਜੰਤ ਤੁਧ ਰਖ ਲੈ ਹਰ ਜੀਓ ਹਰਿ ਲਖਿ ਸ਼ਮਾਰ ਪਚਾਇ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਪੁਲਾਇ ਹਰ ਜੀ اے ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਨ ਆਈ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰਖਣਾ ਆਇਆ ਆਦ ਬਿਰਧ ਪ੍ਰਤਪਾਲਾ ਆਦ ਕਹਿੰਦੇ ਉਹਦਾ ਮੁੱਢ ਦਾ ਫਿਰਦਾ ਸਦਾ ਦਾ ਸੁਭਾ ਹੈ ਫਿਰ ਪਾਛਾ ਤੀਜੇ ਪੜ ਵਿੱਚ ਕਹਿੰਦੇ ਨੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਜਿਵੇਂ ਆਪਣੀ ਉਦਰ ਪੂਰਨਾਂ ਲਈ ਟਿੱਡ ਦੀ ਭੁੱਖ ਦੂਰ ਕਰਨੀ ਭੋਜਨ ਖਾਂਦੇ ਹੋ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਭੋਜਨ ਮੀਖੋ जिदे खान नाल ਤੁਹਾਨੂੰ ਆਤਮਿਕ ਅਡੋਲਤਾ ਮਿਲੇ ਤੁਹਾਨੂੰ ਉਹ ਅਵਸਥਾ ਪ੍ਰਾਪਤ ਹੋਵੇ ਹਰੇ ਅੰਮ੍ਰਿਤ ਨਾਮ ਭੋਜਨਿਤ ਭੁੰਚੋ ਸਰਬ ਵੇਲਾ ਮੁਖ ਭਾਵੋ ਦੇਖੋ ਕੋਈ ਹੈ ਬਲੇਖੇ ਵਾਲੀ ਗੱਲ ਕਈ ਪੁੱਛਣਗੇ ਜੀ ਕਿਹੜੇ ਵੇਲੇ ਪੜ੍ਹੀਏ ਕਿੰਨੀ ਵਾਲੀ ਪੜ੍ਹੀਏ ਕਿੰਨੀਆਂ ਮਾਲਾ ਫੇਰੀਆਂ ਉਹ ਮਹਾਰਜ ਕਹਿੰਦੇ ਨੇ ਹਰ ਵੇਲੇ ਯਾਦ ਰੱਖੋ ਹਰੇ ਅਮਰਿਤ ਨਾਮ ਪੂਜਨਿਤ ਬੁੰਚੂ ਸਰਬ ਵੇਲਾ ਮੁਖ ਪਾਵੋ ਇੱਥੇ ਸਾਰੇ ਵੇਲਿਆਂ ਦੀ ਗੱਲ ਕੀਤੀ ਊਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ ਜਿਨ੍ਹਾਂ ਮਹਾਂਪੁਰਖਾਂ ਕੋਲ ਸੀ ਪੜਦੇ ਸੀ ਸੰਤ ਤੇਜਾ ਸਿੰਘ ਜੀ ਡਬਲ ਐਮਏ ਉਹ ਤਾਂ ਸਿਮਰਨ ਦੀ ਗੱਲ ਜਦੋਂ ਸਮਝਾਉਂਦੇ ਕਮਾਲ ਕਰਦੇ ਆਰੇ ਬੀਬੀ ਉਹ ਦੁੱਧ ੜਕਦੀਆਂ ਉਹ ਸੱਜੇ ਹੱਥ ਦੀ ਰੱਸੀ ਖਿੱਚੋ ਤੇ ਆਖੋ ਵਾਹ ਖੱਬੇ ਹੱਥ ਦੀ ਖਿੱਚੋ ਤੇ ਆਖੋ ਗੁਰੂ ਵਾਹਿਗੁਰੂ ਵਾਹਿਗੁਰੂ ਨਾਲੇ ਦੁੱਧ ੜਕਿਆ ਜਾਏਗਾ ਨਾਲੇ ਨਾਮ ਜਪਿਆ ਜਾਏਗਾ ਜਿਹੜਾ ਉਹ ਲੱਸੀ ਪੀਏਗਾ ਮੱਖਣ ਖਾਏਗਾ ਉਹਦੇ ਅੰਦਰੋਂ ਵੀ ਵਾਹਿਗੁਰੂ ਚੱਲੇ ਕਿਤਨਾ ਸੌਖਾ ਤਰੀਕਾ ਫਿਰ ਨਾਲ ਗਰੰਟੀ ਦਿੱਤੀ ਇਹ ਹਰ ਵੇਲੇ ਅਮਰਤ ਨਾਮ ਛਕੋਗੇ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵੂ ਇਹ ਬੁਢੇਪਾ ਇਹ ਮੌਤ ਇਹ ਤਾਪ ਹੁਣਿਆਂ ਦੀ ਵਿਆਖਿਆ ਕਰੀਏ ਇਹ ਸਭ ਚੀਜ਼ਾਂ ਸੀ ਜਾਣਦੇ ਆ ਨਾਮ ਜਪਣ ਵਾਲੇ ਜਿਹੜੇ ਨੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਉਹ ਇਹਨਾਂ ਚੀਜ਼ਾਂ ਤੋਂ ਕਦੇ ਪ੍ਰਭਾਵਿਤ ਨਹੀਂ ਹੁੰਦੇ ਪਰ ਕਰਨਾ ਕੀ ਪਵੇਗਾ ਜਰਾ ਮਰਾ ਤਾਪ ਸਮਨਾਟਾ ਗੋਣ ਗੋਬਿੰਦ ਨਿਤ ਗਾਵੋ ਲਓ ਚੌਥੇ ਪਦ ਵਿੱਚ ਕਹਿੰਦੇ ਨੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਨਾਮ ਚਪਣ ਵਾਲਾ ਜਦੋਂ ਅਰਦਾਸ ਕਰਦਾ ਉਹਦੀ ਅਰਦਾਸ ਮਾਲਕ ਸੁਣ ਲੈਂਦਾ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਸਾਨੂੰ ਤੇ ਹੁਕਮੇ ਪਾਈ ਧੋਏ ਕਰ ਜੋਰ ਕਰੋ ਅਰਦਾਸ ਤੁਧ ਪਹਾਵੇ ਤਾਂ ਆਣੇ ਰਾਸ ਸਿੱਖ ਨੂੰ ਕੋਈ ਹੁਕਮ ਨਹੀਂ ਕਿ ਕਿਸੇ ਜੋਤਸ਼ੀ ਕੋਲ ਜਾਏ ਕਿਸੇ ਕੋਲੋਂ ਪਤਨੀ ਭੁਲਾਏ ਕਿਸੇ ਕੋਲੋਂ ਕੋਈ ਮਹੂਰਤ ਕਢਾਏ ਬਿਲਕੁਲ ਨਹੀਂ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਕੀ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਸਾਰੀਆਂ ਸ਼ਕਤੀਆਂ ਸਾਰੀਆਂ ਵਿਧੀਆਂ ਸਾਰੀਆਂ ਜੁਗਤੀਆਂ ਬਣ ਜਾਂਦੀਆਂ ਤੇ ਪ੍ਰਗਟ ਵਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵੜੇ ਆਈ ਫਿਰ ਚਾਰੇ ਪਾਸੇ ਗੁਰੂ ਨਾਨਕ ਦੀ ਗੁਰੂ ਮਹਾਰਾਜ ਦੀ ਗੁਰਬਾਣੀ ਦੀ ਜੈ ਜੈਕਾਰ ਹੁੰਦੀ ਦੇਖੋ ਅਜ ਗੁਰੂ ਕੇ ਸਿੱਖ ਮੈਨੂੰ ਨਹੀਂ ਪਤਾ ਕਿੰਨੇ ਕੰਟਰੀ ਹਨ ਪਰ ਜਿਹੜੇ ਕੰਟਰੀ ਵਿੱਚ ਜਾਓ ਸਭ ਜਗ੍ਹਾ ਗੁਰੂ ਨਾਨਕ ਦੇ ਝੰਡੇ ਚੁਲਦੇ ਨੇ ਸਭ ਜਗ੍ਹਾ ਲੰਗਰ ਚੱਲ ਰਹੇ ਨੇ ਕੀਰਤਨ ਹੋ ਰਹੇ ਨੇ ਲੋੜਵੰਦ ਆ ਕੇ ਭੋਜਨ ਪ੍ਰਸ਼ਾਦਾ ਛਕਦੇ ਨੇ ਹਰ ਤਨ ਦਾ ਸੁਖ ਮਾਣਦੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਰਗਟ ਬਈ ਸਗਲੇ ਜੁਗ ਅੰਤਰ ਗੁਰਨਾਨਕ ਕੀ ਵਢੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ